ਹੋਏ 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 ਹੋਏ, ਕੱਲ ਇਹ ਚੱਕਰ ਹੋਇਆ ਤਾਂ ਅੱਜ ਨਹੀਂ ਰਾਤ ਇਹ ਚੱਕਰ ਹੋਇਆ। ਇਹ ਤਾਂ ਪੈਪਾ ਚੂਣ ਲਿਖਣਾ ਵੇ ਬਲੇ ਬਲੇ, ਤੇ ਥੋੜ੍ਹੀ ਦੇਰ ਵਿੱਚ ਹੋ ਰਹੇ ਪਾਣੀ ਜਿਹੜਾ ਆਇਆ ਨਾ ਇਹ ਹੋ ਗਿਆ ਸੀਗਾ ਖਾਲੀ। ਕੇ ਸੀਟਾਂ ਰੈਡੀ ਹੋਣੀ ਪਈ ਹੈ, ਇਹ ਵੀ ਰੈਡੀ ਹੋਣੀ ਪਈ ਹੈ। ਕੱਲ ਆਈਏ ਬੂਟਾ ਸਾਂ ਤੱਕਿਆ ਸਾ, ਸਾਡੇ ਬੜੇ ਪਿਆਰੇ ਪਾਪਾ ਏ ਪਸੰਦ ਕੀਤਾ ਨੇ। ਜਿਹੜੀ ਮਜ਼ੇ ਨੀ ਚੀਜ਼ ਹੈ ਇਹ ਇਹਦਾ ਹੈ। ਅੱਜ ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਵਾਲੇਕੁਮ ਨਾਜ਼ਰੀਨ। ਉਮੀਦ ਕਰਦੇ ਜੀ ਸਾਰੇ ਭੈਣ ਭਰਾ ਬਿਲਕੁਲ ਠੀਕ ਠਾਕ ਹੋਸਨ ਔਰ ਅੱਲਾਹ ਪਾਕ ਨੇ ਜੋ ਅਮਾਨ ਵਿੱਚ ਹੋਸਨ। ਭੈਣ ਭਰਾ ਸੁਬਹ ਸੁਬਹ ਦਾ ਟਾਈਮ ਆ ਔਰ ਸਭ ਤੋਂ ਪਹਿਲੇ ਤੁਸੀਂ ਕੀ ਮੌਸਮ ਦੀ ਸੂਰਤ ਹਾਲ ਚੱਕ ਕਰਾਇਆ। ਅੱਪੜ ਇਸ ਟਾਈਮ ਬੱਦਲ ਬਣਤੇ ਹੋਏ ਜੀ ਔਰ ਰਾਤੀ ਇਤਨੀ ਜ਼ਿਆਦਾ ਬਾਰਿਸ਼ ਹੋਈ, ਇਤਨੀ ਜ਼ਿਆਦਾ ਬਾਰਿਸ਼ ਹੋਈ ਹੈ ਜਿਸ ਨਾਲ ਕੋਈ ਹਿਸਾਬ ਕਿਤਾਬ ਨਹੀਂ ਕੀਤਾ ਜਾਣਾ ਆ। ਉਹ ਤੁਸੀਂ ਕੀ ਹੁਣ ਕਿਸ ਤਰ੍ਹਾਂ ਪਤਾ ਚੱਲ ਸੀ ਆ, ਉਹ ਤੁਸੀਂ ਕੀ ਇਸ ਤਰ੍ਹਾਂ ਪਤਾ ਚੱਲ ਸੀ ਆ, ਇੱਧਰ ਚੱਕ ਰਿਹਾ ਪਾਣੀ ਕਿਤਨਾ ਜ਼ਿਆਦਾ ਆ, ਇਹ ਚੱਕ ਰਿਹਾ ਇਹ ਪੂਰੀ ਬਾੜੀ 'ਚ ਪਾਣੀ ਪਾਣੀ ਘੱਲਦਾ ਵਾ ਇਹ ਇਸ ਟਾਈਮ ਨਾਲ, ਕਿਉਂਕਿ ਸੁਬਹ ਤਕਰੀਬਨ ਹੁਣ 2 ਘੰਟੇ ਹੋਈ ਗਏ ਬਾਰਿਸ਼, ਹੁਣ ਤਕਰੀਬਨ 11 ਵਜੇ ਦਾ ਟਾਈਮ ਹੋਣਾ ਪਿਆ, 9 ਵਜੇ ਦੀ ਬਾਰਿਸ਼ ਰੁਕੀ ਵੀ ਆ, ਲੇਕਿਨ ਸਟਿਲ ਆ ਜ਼ਿਆਦਾਤਰ ਪਾਣੀ ਉਹ ਸਾਰਾ ਖਲਦਾ ਵਾ ਇੱਧਰ ਬਾੜੀਆਂ ਵਿੱਚ। ਤਾਂ ਅਜਾ ਪਾਣੀ ਹੁਣ ਇੱਥੋਂ ਲਿਖਣਾ ਪਿਆ ਆ, ਇਹ ਤਾਂ ਪੈਪਾ ਚੂਣ ਲਿਖਣਾ ਵੇ ਬਲੇ ਬਲੇ, ਤਾਂ ਥੋੜ੍ਹੀ ਦੇਰ ਵਿੱਚ ਹੋ ਰਿਹਾ ਪਾਣੀ ਜਿਹੜਾ ਆਇਆ ਨਾ ਇਹ ਹੋ ਗਿਆ ਸੀਗਾ ਖਾਲੀ। ਅੱਜ ਅਸਾਂ ਜੀ ਅਸਲ 'ਚ ਆਇਆ ਬੱਦਲ ਨਹੀਂ ਚਾਹੀਦਾ ਸਾ, ਉਸਦੀ ਵਜ੍ਹਾ ਇਹ ਹੈ ਕਿ ਕੱਲ ਵਾਲੀ ਵੀਡੀਓ ਇੱਥੇ ਤੱਕਿਆ ਸੀ ਆ ਕਿ ਬੇਰਾ ਅਸਾਂ ਪੱਟ ਰਹੇ ਸੀ ਫਰਸ਼ 'ਚ ਔਰ ਅੱਜ ਉਸਕੀ ਕਰਨਾ ਸਾ ਪਲਸਤਰ, ਲੇਕਿਨ ਅੱਜ ਬਾਰਿਸ਼ ਹੋਈ ਗਈ ਹੈ ਤਾਂ ਅੱਧਾ ਕੰਮ ਹੋਇਆ ਇਹਦਾ, ਅੱਧਾ ਕੋਹਣੀ ਹੋਇਆ ਜਿਹੜਾ ਫਰਸ਼ ਹੈ ਨਾ ਉਹ ਵੀ ਅੱਧਾ ਪੱਟਣ ਹੋਇਆ, ਅੱਧਾ ਕੋਹਣੀ ਪੱਟਣ ਹੋਇਆ ਹੈ। ਉਹ ਹੁਣ ਜਿਹੜੀ ਤੁਸੀਂ ਚੈੱਕ ਕਰਨੇ ਬੇਰੇ ਨਹੀਂ ਕਿਹਾ ਸੂਰਤ ਹਾਲ ਹੈ, ਔਰ ਹੁਣ ਉਹ ਜਿਹੜਾ ਕੰਮ ਹੈ ਨਾ ਉਹ ਹਮੇਸ਼ਾ ਇਕੱਲਾ ਪਲ ਗਿਆ, ਠੀਕ ਆ। ਫਰਸ਼ ਤੋਂ ਬਾਅਦ ਹੁਣ ਰੰਗ ਵੀ ਕਰਾਉਣਾ ਸਾਇਆ, ਰੰਗੇਲਾ ਜਿਹੜਾ ਡੋਲਾ ਹੈ ਨਾ ਇਹ ਵੀ ਬੂੰਗੂਨ ਮਤਲਬ ਡਾਣਾ ਪਟਰਾ ਆ ਗਿਆ, ਉਸ ਵਜ੍ਹਾ ਤਕਰੀਬਨ ਤੁਸਾਂ ਉੱਪਰ ਬਾਰਿਸ਼ ਹੋਣੀ ਪਈ ਹੈ। ਅਗਰ ਮਾੜੀ ਮਰਜ਼ੀ ਸੀ ਆ ਕਿ ਸੁਬਹ ਰਾਤੀ ਪਲੈਨ ਬਣਤਾ ਤਾਂ ਮਾੜੀ ਮਰਜ਼ੀ ਸੀ ਸੁਬਹ ਰੰਗ ਕਰਨਾ ਆਇਆ, ਲੇਕਿਨ ਹੁਣ ਸੁਬਹ ਉੱਠਿਆ ਤਾਂ ਬਾਰਿਸ਼ ਹੋਈ ਗਈ ਹੈ, ਹੁਣ ਤਾਂ ਅੱਜ ਰੰਗ ਹੋ ਹੀ ਨਹੀਂ ਸਕਣਾ ਆ, ਜੁਲੇ ਆ ਵੈਸੇ ਰੰਗ ਦਾ ਅੱਜ ਅਣਸਾਂ ਹੀ ਅਣਸਾਂ ਆ। ਬਾਕੀ ਚਲੋ ਕੱਲ ਇਨਸ਼ਾਅੱਲਾ ਤੱਕਣੇ ਕਿ ਕੱਲ ਲਈ ਜਾ, ਕਿਉਂਕਿ ਸਾਰੇ ਕੋਲ 1-2 ਦਿਹਾੜੇ। ਸਭ ਤੋਂ ਪਹਿਲੇ ਇੱਕ ਤੁਸੀਂ ਚੀਜ਼ ਚੱਕ ਰਹੇ ਹੋ, ਉੱਪਰ ਚੱਕ ਰਹੇ ਆ ਰਾਣਾ ਸਾਹਿਬ, ਹੱਥ ਲਾਈਓ ਰੋ, ਇਹ ਕਿਆ ਤਰੀਕਾ ਕੀ ਆਵਾਂ ਕਿ ਡਰਾਉਣੇ ਪਿਓ, ਪਤਾ ਨਹੀਂ ਕਿਆ ਚੱਕ ਕਰਨੇ ਪਏ, ਉੱਪਰ ਚੈੱਕ ਕਰਨੇ ਹੋ ਸਮ ਕੇ ਪਾਣੀ ਚੋਣੀ ਕੋਈ ਨੀਚੇ ਦਾ ਨਹੀਂ ਗਿਆ, ਚੋਇਆ ਛੋਇਆ ਦਾ ਨਹੀਂ ਹੈ ਨਾ। ਕੱਲ ਵਾਲੀ ਵੀਡੀਓ ਤੁਸੀਂ ਤਾਂ ਕਿਹਾ ਸਾ ਕਿ ਅੱਬੂ ਜਾਣ ਹੋਵੇ ਨਾਰਾਜ਼ ਹੈ, ਤਾਂ ਅਜੇ ਵੀ ਇਤਨਾ ਉਹਨਾਂ ਦਾ ਮੂਡ ਸਹੀ ਕੋਣੀ ਆ, ਮੂਡ ਉਹਨਾਂ ਨਾਲ ਆਫ ਆ, ਥੋੜ੍ਹਾ ਥੋੜ੍ਹਾ ਠੀਕ ਹੋਇਆ ਉਹਨੇ ਜਿਸ ਬੂਟਾ ਤਾਂ ਕਿਹਾ ਸੀ ਕੱਲ ਵਾਲੀ ਵੀਡੀਓ 'ਚ, ਤਾਂ ਕਿਆ ਮਰਜ਼ੀ ਹੈ ਤੁਸੀਂ ਪਾਇਆ ਕੋਣੀ ਆ ਕਿ ਕਿਹੜਾ ਬੂਟਾ 'ਚ ਕਿੰਨਾ ਚਾਹੀਦਾ ਆ। ਆਸਨ ਵੈਸੇ ਮੈਂ ਆਪਣੀ ਜਿਹੜੀ ਮਾੜੀ ਮਰਜ਼ੀ ਸੀ ਨਾ ਸਰੀਲਾ ਜਿਹੜਾ ਬੂਟਾ ਹੈ ਨਾ ਉਹ ਪਸੰਦ ਕਰੀ ਜਾਂਦਾ ਸਾਡਾ, ਮਾੜੀ ਮਰਜ਼ੀ ਸੀ ਆ ਕਿ ਅੱਜ ਸਰੀਲਾ ਜਿਹੜਾ ਬੂਟਾ ਹੈ ਨਾ ਉਹ ਕਿੰਨੀ ਛਣੇ ਆ, ਤਾਂ ਸਰੀਲਾ ਬੂਟਾ ਵੀ ਆਉਣਾ ਆ, ਔਰ ਉਸ ਤੋਂ ਬਾਅਦ ਸੂਫੇ ਸੈੱਟ ਵੀ ਜੁੱਲੇ ਚੱਕ ਕਰਨੇ, ਸੂਫੇ ਸੈੱਟ ਵੀ ਆਉਣੇ, ਔਰ ਬਾਕੀ ਉਸ ਤੋਂ ਬਾਅਦ ਜਿਹੜਾ ਆ ਰੰਗਾਂ ਨਾਲ ਜਿਹੜਾ ਕੰਮ ਆਉਣਾ ਇਹ ਵੀ ਕਰਨਾ। ਕੰਮ ਸਾਡੇ ਕੋਲ ਬੂੰਗ ਜ਼ਿਆਦਾ ਆ ਔਰ ਦਿਹਾੜੇ ਸਾਡੇ ਕੋਲ ਬੂੰਗ ਥੋੜ੍ਹੇ ਰਹੇ ਨੇ, ਇਹ ਬੜਾ ਕੰਮ ਖਰਾਬ ਹੋਈ ਗਿਆ ਇਸ ਦਫ਼ਾ, ਕਿਉਂਕਿ ਇੱਕਦਮ ਸਾਰੇ ਇਹ ਚੀਜ਼ਾਂ ਮਾਇੰਡ ਬਣਤੀਆਂ ਸੀਗੀਆਂ, ਅਤੇ ਰੰਗਾਂ ਵਾਲਾ ਵੀ ਪਹਿਲੇ ਮਾਇੰਡ ਕੋਈ ਨਹੀਂ ਸਾਇਆ, ਮੁੜੀ ਫਰਸ਼ ਵਾਲਾ ਵੀ ਕੋਈ ਨਹੀਂ ਸਾਇਆ, ਮੁੜੀ ਸੂਫੇ ਵਾਲਾ ਵੀ ਕੋਈ ਨਹੀਂ ਸਾ, ਤਰੇ ਚੀਜ਼ਾਂ ਕੋਈ ਮਾਇੰਡ ਵਿੱਚ ਹੋਈਆਂ, ਇਹ ਇੱਕਾ ਦਰ ਹੈ ਤਰੇ ਪਲੈਨ ਹੋਈਆਂ ਹੋਈਆਂ, ਬਲਕਿ ਇੱਕ ਦਰ ਹੈ ਦੋ ਚੀਜ਼ਾਂ ਹੋਈਆਂ, ਤਾਂ ਰਾਤੀ ਜਿਹੜਾ ਰੰਗ ਲਾ ਵੀ ਨੇ ਰਾਤੀ ਹੋਇਆ ਆ ਫਾਈਨਲ, ਕਿ ਰੰਗ ਵੀ ਕਰਾਉਣਾ ਆ। ਮੈਂ ਹੁਣ ਘਰ ਸਭ ਤੋਂ ਪਹਿਲੇ ਤੁਸੀਂ ਕਿ ਬੇਰੇ ਨੇ ਲਾਲ ਚੱਕ ਕਰਾਉਣੇ, ਔਰ ਉਸ ਤੋਂ ਬਾਅਦ ਫਿਰ ਅਸੀਂ ਡਟਿਆਲ ਵਾਲੀ ਸਾਈਡ ਆਪਣਾ ਸਫ਼ਰ ਸ਼ੁਰੂ ਕਰਨੇ ਆ, ਔਰ ਬਾਕੀ ਜਿਹੜੀਆਂ ਅੱਜ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨਾ ਉਹ ਕਿੰਨੇ ਆ ਤੱਕਣੇ ਆ ਕਿ ਅਸਾਂ ਯੂਕੇ ਲੈਣੇ ਸੀ, ਉਸ ਪਹਿਲੇ ਪਹਿਲੇ ਕੰਮ ਮੁਕਾਈ ਕਿਸਾਂ ਜਾਂ ਨਾ ਮੁਕਾਈ ਸਕਦੇ ਹਾਂ, ਪਰ ਲੇਕਿਨ ਲੱਗਣਾ ਥੋੜ੍ਹਾ ਮੁਸ਼ਕਿਲ ਹੋ ਗਿਆ, ਕਿਉਂਕਿ ਬਾਰਿਸ਼ਾਂ ਵਿੱਚ ਟਾਈਮ ਅਗਰ ਦਿੱਤਾ ਤਾਂ ਹੋ ਗਿਆ ਸਮਝੋ 3-4 ਦਿਹਾੜੇ ਸਾਡੇ ਕੋਲ ਨੇ, ਔਰ ਅਗਰ ਇਹਨਾਂ ਵਿੱਚ ਬਾਰਿਸ਼ ਹੋਈਆਂ ਤਾਂ ਫਿਰ ਬੜਾ ਕੰਮ ਖਰਾਬ ਹੋ ਗਿਆ ਸੀ ਹੈ। ਹੋਏ 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 ਹੋਏ, ਕੱਲ੍ਹ ਇਹ ਚੱਕਰ ਹੋਇਆ ਤਾਂ ਅੱਜ ਨਹੀਂ ਲਾ ਤੇ ਚੱਕਰ ਹੋਇਆ, ਨਹੀਂ ਤਾਂ ਚੱਕਰ ਹੀ ਜਾਓ, ਇਹ ਬੜਾ ਕੰਮ ਪੁੱਠਾ ਹੋਈ ਗਿਆ, ਕਿਉਂਕਿ ਥੱਲੋਂ ਮਿੱਟੀ ਵੀ ਨਜ਼ਰ ਆ, ਅਸਾਂ ਹਾਲੀ ਉੱਪਰੋਂ ਇੱਟਾਂ ਨਹੀਂ ਪੱਟਣੀਆਂ ਸੀ, ਸਿਰਫ ਉੱਪਰੋਂ ਪਰਛਣਾ ਸਾ, ਲੇਕਿਨ ਇੱਧਰੋਂ ਇੱਟਾਂ ਵੀ ਸਾਰੀਆਂ ਪੱਟਣੀਆਂ, ਅਤੇ ਇਹ ਬੜਾ ਕੰਮ ਰੋਲੇ 'ਚ ਹੋਈ ਗਿਆ, ਤਾਂ ਇਹਦਾ ਬੂਟਾ ਲਗਾ ਵਾ, ਅਤੇ ਇਹ ਜਿਹੜਾ ਅੱਗੇ ਏਰੀਆ ਨਾ ਇਹ ਥੋੜ੍ਹਾ ਰਹਿਣਾ ਆ, ਉਹ ਅੱਗੇ ਮੋਟਰਸਾਈਕਲਾਂ ਕੋਲ ਇਹ ਸਾਰਾ ਏਰੀਆ ਰਹਿਣਾ ਆ,
ਤੇ ਇਹ ਜਿਹੜਾ ਕੰਮ ਹਨ ਇਹ ਹੁਣ ਕਿ ਹੁਣ ਬੰਦਾ ਹੁਣ ਅੱਛਣਾ ਪਿਆ ਬਾਰਿਸ਼ ਰੁਕੀ ਗਈ ਯਾਰ ਬੰਦਾ ਅੱਛੀ ਤੇ ਇਹ ਜਿਹੜੀ ਹੈ ਉਹਨਾਂ ਸਫਾਈ ਉਹਨੇ ਕਰ ਸੀ ਅੱਜ ਤੇ ਕਿਉਂਕਿ ਕੱਲ੍ਹ ਮਿਸਤਰੀ ਐਸੀ ਹੈ ਫੈਸਲ ਸਾਹਿਬ ਨਾਲ ਵੀ ਕਾਲ ਕੀਤੀ ਕਿ ਫਟਾਫਟ ਸਾਨੂੰ ਬਾਅਦ ਪਹੁੰਚੋ ਤੁਹਾਨੂੰ ਕੋਲ ਕੰਮ ਆ ਪਤਾ ਨਹੀਂ ਉਹਨਾਂ ਕੀ ਮਾਰੇ ਨਾਲ ਕਿਆ ਕੰਮ ਆ ਆਣੇ ਅੱਛੋ ਤਾਂ ਮੈਂ ਆਈ ਗਏ ਹਾਂਜੀ ਫੈਸਲ ਸਾਹਿਬ ਕਿਆ ਕੰਮ ਤੁਸੀਂ ਕੀ ਮਾਰੇ ਨਾਲ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਨਾਰਾਜ਼ ਹੋ ਗਏ ਕਦਾਂ ਨੇ ਰੋਲੇ ਪਏ ਮੈਂ ਯੂਟਿਊਬ 'ਤੇ ਕਿਹਾ ਉਹ ਤੁਸੀਂ ਕੋਲ ਬੂਟਾ ਠੀਕ ਹੋ ਠੀਕ ਹੈ ਭੈਣ ਭਰਾਓ ਤੁਸੀਂ ਭਾਈ ਨਦੀਮ ਦੇ ਚੈਨਲ ਕੀ ਲਾਜ਼ਮੀ ਲਾਜ਼ਮੀ ਸਬਸਕ੍ਰਾਈਬ ਕਰਨਾ ਕਿਉਂਕਿ ਇਹ ਭਾਈ ਵਰਮ ਕੀ ਰੋਜ਼ ਆਉਣੇ ਰੋਜ਼ ਆਉਣੇ ਰੋਜ਼ ਆਉਣੇ ਤਾਂ ਤੁਸੀਂ ਇਹਨਾਂ ਨੇ ਚੈਨਲ ਕੀ ਲਾਜ਼ਮੀ ਸਬਸਕ੍ਰਾਈਬ ਕਰਨਾ ਫੈਸਲਾ ਪਾਓ ਜਨਾਬ ਇਹ ਪਾਪਾ ਸਾਰੇ ਨਿਊ ਯੂਟਿਊਬ ਚੈਨਲ ਆ ਬਣਾਏ ਹੋਰ ਇਹਨੇ ਕੀ ਸਬਸਕ੍ਰਾਈਬ ਨਾ ਕਰ ਸੋ ਤੇ ਡੀਮੋਟੀਵੇਟ ਹੋ ਜਾਂਦਾ ਜ਼ਿਆਦਾ ਸਬਸਕ੍ਰਾਈਬ ਕਰੋ ਤਾਂ ਕਿ ਇਹਨਾਂ ਦਾ ਸਬਸਕ੍ਰਾਈਬ ਹੈ ਜਿਹੜੀ ਜਿਹੜੀ ਵਧਣ ਹੋਰ ਮੋਟੀਵੇਸ਼ਨ ਹੋਵੇ ਤਾਂ ਵੀਡੀਓ ਤੁਸੀਂ ਰੋਜ਼ ਲਾਣੀ ਇਹਨਾਂ ਦਾ ਵੀਡੀਓ ਚੈਨਲ ਦਾ ਨਾਮ ਕਿਆ ਚੈਨਲ ਨਾਮ ਦੱਸਿਓ ਜੀ ਚੈਨਲ ਦਾ ਨਾਮ ਨਦੀਮ ਆਫੀਸ਼ੀਅਲ ਨਦੀਮ ਆਫੀਸ਼ੀਅਲ ਗਿਆ ਮਾਰਾ ਬਟਵਾ ਇਹ ਬਟਵਾ ਆ ਤੁਸੀਂ ਰੋਜ਼ ਨੋੜੇ ਕਰਦੇ ਹੋਣੇ ਕਿ ਤੂੰ ਮੈਨੂੰ ਪੈਸੇ ਕੌਣ ਦੇਣਾ ਪੈਸੇ ਤੁਹਾਡੇ ਕੋਲ ਪਾਉਣੇ ਜਿੰਨੇ ਦਿਲ ਕਰਨਾ ਯਾਦ ਘੱਟ ਹੀ ਕਿਉਂ ਬਟਵਾ ਦਾ ਨਵੀਂ ਦਾ ਫੁੱਲ ਹੋਇਆ 1 2 3 4 5 6 ਖੁਸ਼ ਹੈ ਹੁਣ ਲਈ ਖੁਸ਼ ਹਾਂ ਇਹ ਪਤਾ ਮੈਂ ਬਹੁਤ ਕਸ ਨਹੀਂ ਵੈਸੇ ਕਿਸ ਨੇ ਇਹ ਭੈਣ ਤੋਂ ਬਰੋ ਸੱਚੀ ਤੁਸੀਂ ਦੱਸਨੇ ਆ ਅਸਾਂ ਇੱਕ ਡਿਡਿਆਲ ਵੀਡੀਓ ਬਣਾਈ ਸੀ ਸਾਡੇ ਬੜੇ ਪਿਆਰੇ ਪਾਪਾ ਏ ਤਾਇਰ ਨਾ ਆ ਉਹਨੇ ਨਾ ਯੂਕੇ ਸੁਣੇ ਤਾਂ ਲੱਗਾ ਹੁਣ ਨਬੀਰ ਸਾਹਿਬ ਦੇ ਬਾਣੇ ਸ਼ਰਮਾਣੇ ਤੇ ਮੈਂ ਬਾਣਾ ਆ ਤਾਂ ਉਸ ਤੋਂ ਪਹਿਲੇ ਯੂਕੇ ਦੇ ਤੁਸੀਂ ਬਹੁਤ ਬਹੁਤ ਮਿਹਰਬਾਨੀ ਤੁਸੀਂ ਮਾੜੇ ਤੇ ਨਬੀਰ ਦਾ ਕੁਛ ਪਿਆਰ ਮੁਹੱਬਤ ਵਿੱਚ ਅਸੀਂ ਪੈਸੇ ਭੇਜੇ ਤੁਸੀਂ ਸਾਰਿਆਂ ਦਾ ਥੈਂਕ ਯੂ ਇੱਕ ਸਪੋਂਸਰ ਵੀਡੀਓ ਬਣਾਈ ਸੀ ਠੀਕ ਹੈ ਅਸਾਂ ਉਹਨੇ ਕੋਲ ਕਿੰਨਾ ਨਾ ਜਿਹੜੇ ਸੀ ਉਹਨੇ ਇੱਕ ਆਪਣੀ ਖੁਸ਼ੀ ਨਾਲ ਦਿੱਤੇ ਪੈਸੇ ਕਿ ਸਾਡੀ ਵੀਡੀਓ ਬਣਾਈ ਹੈ ਚਲੋ ਉਸ ਤਰ੍ਹਾਂ ਬਣਾਈ ਜਿਸ ਤਰ੍ਹਾਂ ਬੰਦਾ ਜਾਣਾ ਦੋ ਮਾਮਲਾ ਚੋਣੇ ਨਬੀਰ ਸਾਹਿਬ ਨੇ ਵੀ ਇਹ ਤੇ ਇਹ ਮਾੜੇ ਵੀ ਥੋੜਾ ਸੀ ਕੁਝ ਲਾਣਿਆ ਤਾਈ ਸਾਹਿਬ ਤੁਸਾਂ ਨੂੰ ਬਹੁਤ ਬਹੁਤ ਥੈਂਕ ਯੂ ਨਾ ਵੀ ਦੇਣੇ ਸੋ ਤਾਂ ਕੋਣੀ ਗੱਲ ਪਤਾ ਚਲੋ ਤੁਸਾਂ ਨੂੰ ਪਿਆਰ ਮੁਹੱਬਤ ਆ ਇੱਕ ਵਾਰੀ ਫਿਰ ਸਾਰਾ ਥੈਂਕ ਯੂ ਨਾ ਭਾਈ ਉਹਨਾਂ ਦਿੱਤੇ ਸੀ ਉਹਨਾਂ ਦਾ ਤੱਕੀ ਕਿੰਨੀ ਸੀ ਵੀਡੀਓ ਦਾ ਸਾਨੂੰ ਮਾਨਤ ਦੱਸ ਸਭਰਾਂ ਨੂੰ ਪਹੁੰਚੀ ਗਈ ਤੇ ਮੈਂ ਵੀ ਸ਼ੁਕਰ ਲਾਣਾ ਜੇ ਬਟਵੇ ਜੂ ਜਿਤਨੇ ਦਿਨ ਕਰ ਨੂੰ ਕੀ ਪਤਾ ਸਰ ਕਿੰਨੇ ਦਿੱਤੇ ਮਾਰੇ ਇਤਨੇ ਪੈਸੇ ਮਾਰੇ ਤਾਂ ਉਸ ਘੱਟੀ ਕਿੰਦੇ ਮੈਡਮ ਬਰੋ ਫਾਈਨਲੀ ਆਈ ਗਏ ਜੀ ਅਸਾਂ ਕੱਲ੍ਹ ਲਈ ਜਿੱਥੇ ਨਰਸਰੀ 'ਚ ਆਏ ਸੀ ਹੋਰ ਬੂਟੇ ਚੈੱਕ ਕਰੀ ਗਏ ਸੀ ਤਾਂ ਉੱਥੇ ਹੀ ਅਸਾਂ ਆਈ ਗਏ ਹਾਂ ਤਾਂ ਕੱਲ੍ਹ ਵਾਹਿਆ ਸਾ ਕਿ ਅਸਾਂ ਬੂਟਾ ਕਿੰਨਾ ਆ ਕੱਲ੍ਹ ਆਈਏ ਬੂਟਾ ਅਸਾਂ ਤੱਕਿਆ ਸਾ ਇਹ ਜਿਹੜਾ ਸਰੀਲਾ ਬੂਟਾ ਹੈ ਦੇਸੀ ਸਰੀ ਇਹ ਕਰ ਰਹੇ ਹਾਂ ਔਰ ਇੱਕ ਹੀ ਨਹੀਂ ਤਾਂ ਚੁੱਲ੍ਹੇ ਆ ਰੱਖਣੇ ਆ ਅਸਾਂ ਸ਼ੋਰੂਮ ਹੈ ਪਰ ਅੱਜ ਰਿਆਦ ਲਾਣਾ ਜਿਹੜਾ ਸ਼ੋਰੂਮ ਆ ਜ਼ਮਾਨ ਚੌਕ ਉੱਥੇ ਰੱਖਣੇ ਆ ਔਰ ਉੱਥੇ ਫਿਰ ਮੁੜੀ ਚੈੱਕ ਕਰਨੇ ਆ ਅਸਾਂ ਫਰਨੀਚਰ ਵਗੈਰਾ ਸੁੱਕੇ ਸੈੱਟ ਔਰ ਟੇਬਲ ਤੱਕਣੇ ਆ ਤਾਂ ਉਹ ਪਸੰਦ ਕਰੀਦਾ ਫਿਰ ਨਾਲ ਕਠੇ ਕਿਆ ਵਾਰੀ ਜੇ ਗੱਡੀ ਜਾਸੀ ਹੈ ਉੱਥੇ ਨਾਲ ਫਿਰ ਲੱਦੀ ਦਾ ਇਹ ਬੂਟਾ ਵੀ ਲਗਾ ਜਾਸੀ ਹੈ ਔਰ ਫਿਰ ਰੰਗ ਵੀ ਅਸਾਂ ਚਾਹੀਦੇ ਸਾਂ ਰੰਗ ਵੀ ਕਿਆ ਵਾਰੀ ਭੇਜੀ ਅਸਾਂ ਸਾਰਾ ਕੁਝ ਇੱਕਾ ਵਾਰੀ ਸਾਰਾ ਸਮਾਨ ਇੱਕਾ ਗੱਡੀ ਫਿਰ ਲਗਾ ਜਾਸੀ ਹੈ ਸ਼ੇਰ ਅਬਾਸ ਚੌਕ ਬਲੋਟ ਨਾਦਰਾ ਰਜਿਸਟ੍ਰੇਸ਼ਨ ਆਫਿਸ ਦਾ ਚੌਧਰੀ ਅਬਾਸ ਫਰਨੀਚਰ ਸ਼ੋਰੂਮ ਹਾਏ ਹਾਏ ਰੱਖੀ ਹੋ ਰਹੇ ਬੂਟੇ ਕੀ ਰੱਖੀ ਹੋ ਰਿਹਾ
ਔਰ ਬਾਕੀ ਹੁਣ ਜਿਹੜੇ ਜੀ ਅੰਦਰ ਫਰਨੀਚਰ ਆ ਸਾਨੂੰ ਚੈੱਕ ਕਰਨੇ ਆ। ਅੱਜ ਪਹਿਲੀ ਦਫਾ ਜੀ ਸ਼ੋਰੂਮ ਵਿੱਚ ਅੱਛਾ ਨਾ, ਕਿਉਂਕਿ ਇਹ ਇੰਨਾ ਨਵਾਂ ਸੈਟਅਪ ਬਣਾਇਆ, ਨੀਚੇ ਜਗ੍ਹਾ ਸਾਨੂੰ ਪਹਿਲੇ ਇਹਨਾਂ ਨਾਲ ਨੀਚੇ ਸਾ, ਔਰ ਅੱਜ ਉੱਪਰ ਕੀ ਨਹੀਂ ਆਇਆ ਤਾਂ ਮੈਂ ਚਲੋ ਅੱਜ ਲੈ ਤਾਂ ਇੱਥੋਂ ਹੀ ਅੱਜ ਦਿੰਦੇ ਹਾਂ ਸਮਾਨ। ਅਸਲਾਮ ਵਾਲੇਕੁਮ, ਕੈਸੇ ਹੋ ਹਜ਼ਰਤ? ਠੀਕ ਹੋ? ਮਸਲਾ ਇੱਕ ਬੜਾ ਡਾਡਾ ਬਣਦਾ ਵਾ ਅਬੂ ਹੋਈ ਗਏ ਮਾਰੇ ਨਾਲ ਨਰਾਜ਼ ਰਾਹ ਦੇ ਸਰਾ ਹੋਏ ਨਾ ਬੂਟਾ ਕਰਾਇਜ ਲਗਾ ਸਾ ਮੇਰੇ ਵਿਚਕਾਰਿਆ 'ਚ ਕੱਪੀ ਹੋ ਰਿਹਾ ਮੈਂ। ਪਹਿਲੇ ਤਾਂ ਉਹਨਾਂ ਜ਼ਿਆਦਾ ਦਹੀ ਹੋ ਰਹੀ ਸੀ ਜਿਸ ਮੈਂ ਕੱਪੀ ਹੋ ਰਿਹਾ ਨਾ, ਵੀਡੀਓ 'ਚ ਤਾਂ ਉਹ ਕੋਈ ਨਹੀਂ ਮਤਲਬ ਇੰਨਾ ਸ਼ੋਭੀ ਤਾਂ ਬਗੈਰ ਵੀਡੀਓ ਜਿਸ ਮੈਂ ਬੰਦ ਕੀਤੀ ਨਾ ਅਬੂ ਰਾਮ ਹੈਗੀ ਉਹ ਕੀਤੀ ਨੇ ਸੁਣਾਈ ਨਾ ਕੋਈ ਸਾਥ ਹੀ ਨਹੀਂ ਨਰਾਜ਼ ਹੋਏ ਦੇ ਤਾਂ ਉਹਨੂੰ ਉਹਨਾਂ ਕੀ ਰਾਜ਼ੀ ਵੀ ਤਾਂ ਕਰਨਾ ਤੇਰੀ ਗੱਲ ਆ। ਉਹਨੇ ਪਤਾ ਵੈਸੇ ਵੀ ਮੈਂ ਸੋਚਿਆ ਸਾ ਸੂਫੇ ਕਰਨੇ, ਸੋ ਐਸੇ ਸੂਫੇ ਨੇ ਕੀ ਚੱਕ ਰਾ ਸੋ ਕਿ ਅਬੂ ਔਰ ਤੱਕਣ ਤਾਂ ਰਾਜ਼ੀ ਹੋ ਜਾਣਾ ਅੱਜ, ਕਿਉਂਕਿ ਬੂਟੇ ਨਹੀਂ ਉਹਨਾਂ ਕੀ ਭੁੱਲੀ ਜਾਣਾ ਬੂਟੇ। ਇਹ ਬੂਟਾ ਵੀ ਮੈਂ ਉਹਨਾਂ ਕੀ ਵਾਅਦਾ ਕੀਤਾ ਵਾ ਹਲਵਾਈ ਦਾ ਸਾ ਨਵਾਂ, ਲੇਕਿਨ ਇੱਕ ਸੂਫਾ ਐਸਾ ਦਿਓ ਕਿ ਮੈਂ ਉਹ ਖੁਸ਼ ਹੋ ਜਾਣਾ ਅੱਜ। ਮਤਲਬ ਬੂਟਾ ਨਵਾਂ ਲਾਈ ਦੇ ਅਸਲ ਮਸਲਾ ਕਿ ਬੂਟਾ ਖਰਾਬ ਸਾਇਆ ਸੀਖ ਲਈ ਸੀ ਇਸਕੀ ਅਬੂ ਆਣੇ ਛਾਂ ਮੈਂ ਮੈਂ ਛਾਂ ਤੇ ਆਈਏ ਨਾ ਬੰਦਾ ਗੱਡੀ ਕੀ ਨਾਣਾ ਬਹੁਤ ਜ਼ਿਆਦਾ ਖਰਾਬ ਹੈ ਬੂਟੇ ਨਾਲ ਗੱਡੀ ਮੈਂ ਬੂਟੇ ਮੈਂ ਆਣਾ ਸਰ ਨਾ ਪੈਣਾ ਬੜਾ ਮੈਂ ਤੁਸਾਂ ਕਿ ਇਨਸ਼ਾਅੱਲਾ ਮੈਂ ਬਾਇਆ ਨਾ ਤੂੰ ਐਨ ਰਾਜ਼ ਹੋਏ ਮਾਰੇ ਨਾਲ ਬੜੇ ਸਖਤ, ਲੇਕਿਨ ਅਬੂ ਵੀ ਰਾਜ਼ੀ ਵੀ ਇਹ ਸੂਫੇ ਆਣੀ ਦਾ ਖਰਸਾ ਆ ਕਿਹੜਾ ਬਹੁਤ ਬੜਾ ਕਿਹੜਾ ਉਹ ਜੇ ਟੇਬਲ ਨਹੀਂ ਸੀ ਤੱਕੇ ਤੂੰ ਆਹਾਂ ਨਹੀਂ ਵੀ ਸਮਰੇ ਇੱਥਾ ਚੀ ਬੈਠਾ ਆ ਟੇਬਲਾਂ ਦਾ ਮਸਲਾ ਆ ਬਣ ਗਿਆ ਕਿ ਉਹ ਟੇਬਲਾਂ ਪਰ ਬੰਦਾ ਬੈਠਾ ਤਾਂ ਉਹ ਜਿਹੜਾ ਸ਼ੀਸ਼ਾ ਦਾ ਉਹ ਭੱਜ ਗਿਆ ਕਿ ਸਭ ਤੋਂ ਪਹਿਲੇ ਤਾਂ ਇਸ ਸ਼ੋਰੂਮ ਨਾਲ ਵਿਜ਼ਿਟ ਕਰਾਉਣਾ, ਬਾਹਰ ਤੁਸੀਂ ਬਾਇਆ ਸਾ ਨਾਦਰਾ ਆਫਿਸ ਬਿਲਕੁਲ ਸਾਹਮਣੇ ਆਦਾ ਉਹ ਪਾਰ ਸਾਹਮਣੇ ਸਬਜ਼ੀ ਫਰੂਟ ਦੀਆਂ ਦੁਕਾਨਾਂ ਆਈਆਂ ਔਰ ਇਸਨੇ ਉੱਪਰ ਬੇਸਮੈਂਟ ਵਿੱਚ ਮਤਲਬ ਇਸਨੇ ਉੱਪਰ ਬੇਸਮੈਂਟ ਆਉਣਾ ਹੋਇਆ ਇਸਨੇ ਉੱਪਰ ਦੁਕਾਨ ਪਈ ਹੈ ਔਰ ਸੂਫੇ ਤੁਸੀਂ ਚੈੱਕ ਕਰੋ ਇਹ ਦਾਖਲ ਲਗਾ ਵਾ ਸੈੱਟ ਇੱਧਰ ਨੀਚੇ ਇਹ ਬੈੱਡ ਲੱਗੀ ਵੀ ਚਨੋਟੀ ਬੈੱਡ ਇਸ ਚਨੋਟੀ ਬੈੱਡ ਆਣੇ ਅਜੀ ਚਨੋਟੀ ਮਾਲ ਲੈਣਾ ਇਹ ਚਨੋਟੀ ਮਾਲ ਲਗਾ ਵਾ ਇਹ ਵੀ ਚਨੋਟੀ ਮਾਲ ਲਗਾ ਵਾ ਇਹ ਜ਼ਬਰਦਸਤ ਮੇਰੀ ਚੀਜ਼ ਲੱਗਣੀ ਪੈਣਾ ਦਿਲਾ ਕੀ ਚਾਹੀਦਾ ਲੱਗਣੀ ਹੈ ਇਹ ਲਈ ਇਹ ਜਿਹੜੀ ਚੀਜ਼ ਹੈ ਸੋ ਇਹ ਸੂਫੇ ਵੀ ਆਏ ਇਹਨਾਂ ਨੇ ਫੋਟੋ ਵੀ ਭੇਜਣੇ ਆ ਉਹ ਅੱਗੇ ਵੀ ਕਲਤੇ ਵੇ ਇਹਨਾਂ ਸਾਰਿਆਂ ਨੇ ਫੋਟੋ ਯੂਕੇ ਭੇਜਣੇ ਇੱਦਾਂ ਦੀ ਗੱਲ ਹੈ ਭੇਜ ਸਕਦਾ ਅਸਾਂ ਯੂਕੇ ਫੋਟੋ ਉਹ ਪਸੰਦ ਕਰ ਸਕਦਾ ਅਤੇ ਉਸ ਤੋਂ ਬਾਅਦ ਕਾਰ ਖਰਸਾਂ ਆ ਇੱਧਰ ਇਹ ਵੀ ਸਾਈਡ ਟੇਬਲ ਮਤਲਬ ਡਰੈਸਿੰਗ ਟੇਬਲ ਵੀ ਇੱਧਰ ਲੱਗੀ ਵੀ ਹੈ ਬੈੱਡ ਲੱਗੀ ਵੀ ਹੈ ਆਖਰਕਾਰ ਆਏ ਜਰਾ ਕਾਲਾ ਸੂਫਾ ਨੀ ਐਂਡ ਪਰ ਜਿਹੜਾ ਮੈਂ ਤੁਸੀਂ ਬਾਇਆ ਸਾ ਇਹੀ ਪਸੰਦ ਕੀਤਾ ਨੇ ਸਾਰੇ ਫੋਟੋ ਭੇਜੀ ਰਹੇ ਹਾਂ ਸਾਰਿਆਂ ਵਿੱਚੋਂ ਨਾ ਇਹ ਸੂਫਾ ਜਿਹੜਾ ਇਹ ਪਸੰਦ ਕੀਤਾ ਨੇ ਔਰ ਤੁਸੀਂ ਬਹੁਤ ਕੈਸਾ ਲੱਗਣਾ ਹੈ ਤੇ ਨਾਲ ਇਸਨੇ ਟੇਬਲ ਆਵੀ ਆ ਇਹ ਟੇਬਲਾਂ ਇਸ ਵਜ੍ਹਾ ਸਵਾਸਨ ਕਰਨੇ ਪਿਆ ਇਹ ਮਤਲਬ ਗੱਤਾ ਆਇਆ ਇਸਨੇ ਪਰ ਸ਼ੀਸ਼ਾ ਕੋਣੀ ਆ ਇਹ ਚੀਜ਼ ਚੱਕ ਕਰੋ ਆ ਇਹ ਇਹ ਇਸਨੀ ਜਿਹੜੀ ਮਜ਼ੇ ਨਹੀਂ ਚੀਜ਼ ਹੈ ਇਹ ਇਹਦਾ ਹੈ ਔਰ ਇਹਦਾ ਹੈ ਇਹ ਕਿਸ ਤਰ੍ਹਾਂ ਟੇਬਲ ਉਹ ਪਾਰ ਵੀ ਪਿਆ ਵਾ ਇਹ ਤਰ੍ਹਾਂ ਚੀਜ਼ਾਂ ਹੀ ਇਸਨੇ ਪਰ ਅਸਾਂ ਸ਼ੀਸ਼ਾ ਤਾਂ ਨਾ ਰੱਖਣੇ ਕਿ ਆਮਣਾ ਤੁਸੀਂ ਪਤਾ ਨਿੱਕੀ ਹੈ ਔਰ ਆਮਣਾ ਭੰਨੀ ਹੋ ਸੀ ਇਹ ਸ਼ੀਸ਼ਾ ਇਸ ਵਜ੍ਹਾ ਤੋਂ ਇਸਨੇ ਸ਼ੀਸ਼ਾ ਨਾ ਰੱਖਣੇ ਇਹ ਜਿਹੜੀ ਇਹ ਚੀਜ਼ ਪਸੰਦ ਆਈ ਹੈ ਨੀਚੇ ਤੁਸੀਂ ਤੱਕੀ ਆਇਆ ਲੇਕਿਨ ਇਹ ਚੀਜ਼ ਪਸੰਦ ਆਈ ਇਹ ਪਸੰਦ ਆਈ ਹੈ ਇਹ ਸੋਫਾ ਲਗਾ ਵਾ ਫਾਈਵ ਸੀਟਰ ਸੋਫਾ ਕਿਨਸਾ ਆ ਦੋ ਤਰੇ ਸੀਟਰ ਇਹਦਾ ਹਾ ਤਰੇ ਸੀਟਰ ਇਹ ਆ ਇਹ ਆ ਇਹ ਆ ਇਹਦਾ ਹਾ ਇਹ ਤਾਂ ਅੱਛਾ ਇਹ ਵੀ ਤਰੇ ਸੀਟਰ ਇਹ ਤਰੇ ਸੀਟਰ ਆ ਔਰ ਦੋ ਸੀਟਰ ਇਹ ਆ ਇਹਦਾ ਸੀਟਾਂ ਆ ਇਹ ਲੀਆਂ ਇਹ ਹੁੰਦਾ ਨਹੀਂ ਗਿਆ ਜੀ ਅਜੇ ਜੀ ਆਖਰਕਾਰ ਇਹ ਪਸੰਦ ਆ ਗਿਆ ਨੇ ਜੀ ਇਹ ਪਸੰਦ ਆ ਗਿਆ ਆ ਔਰ ਹੁਣ ਇਹ ਦੱਸ ਹੋਇਆ ਚਲੋ ਬਾਕੀ ਅਸਾਂ ਥੋੜ੍ਹਾ ਜਿਹਾ ਇਸ ਵੀ ਗੱਲ ਕਰੀ ਕਹਿੰਦੇ ਇਹਨਾਂ ਦਾ ਉਸ ਤੋਂ ਬਾਅਦ ਫਿਰ ਤੁਸੀਂ ਮਿਲਦੇ ਹਾਂ ਲਦਾਉਣੇ ਆ ਇਹ ਨਾ ਗੱਲ ਇੱਥੇ ਰੁਕੀ ਜਾ ਰੁਕਣੀ ਤਾਂ ਨਹੀਂ ਚਾਹੀਦੀ ਵੈਸੇ ਦੋਸਤ ਆਪਣੇ ਰੁਕਣੀ ਨਹੀਂ ਇੱਥੇ ਲੇਕਿਨ ਫਿਰ ਤੁਸੀਂ ਮਿਲਦੇ ਹਾਂ ਵੀਡੀਓ ਬਣਾਈਏ ਪੈਸੇ ਦਾ ਕਿੰਨਾ ਇਹ ਤਾਂ ਮੁੱਲੂ ਚੰਗਾ ਹੈ ਫਿਰ ਸਾਰੇ ਪਾਸੇ ਫਾਇਦਾ ਆ ਇਹ ਤਾਂ ਸਾਰੇ ਕੀ ਫਾਇਦਾ ਆ ਲੇਕਿਨ ਚਲੋ ਗੱਲ ਕਰੀ ਕਿੰਨੇ ਫਿਰ ਮਿਲਦੇ ਹਾਂ।
much later ek bahut bada masla hoega masla aya ke ਸੋਫਾ ਅਸਾਂ ਪਸੰਦ ਕਰੀ ਜਾਂਦਾ ਆ ਜਿਹੜਾ ਬਲੈਕ ਕਲਰ ਵਾਲਾ ਹੈ ਲੇਕਿਨ ਮੈਂ ਹੁਣ ਜਿਸਾ ਅੱਜ ਉਹਨਾਂ ਕੈਮਰਾ ਬੰਦ ਕਰੀ ਤਾਂ ਮੈਂ ਅੱਜ ਜੀ ਕੋਈ ਪੈਸੇ ਸ਼ਾਇਦ ਨਹੀਂ ਗੱਲ ਕਰੋ ਤਾਂ ਅੱਜ ਉਹ ਰਾਣੇ ਪੈਸੇ ਨਹੀਂ ਪਤਾ ਗੱਲ ਕਰਾਂ ਜਾਂ ਸੋਫਾ ਆਈ ਜਾਂ ਤੁਸੀਂ ਬਣਾਈ ਦੇ ਅਸਾਂ ਇਹ ਗੱਲ ਆਇਆ ਜੀ ਤੋ ਇਸ ਵਜ੍ਹਾ ਤੋਂ ਹੁਣ ਕੰਮ ਬੜਾ ਲੇਟ ਹੋ ਗਿਆ ਚੋਕਰੇ ਮਿਲੇ ਕੋਈ 5-6 ਘੰਟੇ ਕਿ ਮੈਂ ਬੈਠਾ ਹੋਇਆ ਤਾਂ ਮੈਂ ਅੱਜ ਜੀ ਦਈ ਰੋਈ ਆ ਸੁਭਾ ਦਈ ਰੋ ਅੱਜ ਜੀ ਸੁਭਾ ਦਈ ਰੋ ਇਹਨਾਂ ਅੱਜ ਉਹ ਰਾਣੇ ਕਿ ਸੁਭਾ ਨਵਾਂ ਬਣਤੀ ਹੈ ਕਿਉਂਕਿ ਇਹ ਸੈੱਟ ਪੂਰਾ 12 ਸੀਟਾਂ ਦਾ ਸੈੱਟ ਆ ਤਾਂ ਇਹ ਫਿਰ ਖਰਾਬ ਹੋ ਜਾਂਦੀ ਤਾਂ ਇਸ ਵਜ੍ਹਾ ਤੁਸੀਂ 5 ਸੀਟਾਂ ਚਾਹੀਦਾ 5 ਸੀਟਾਂ ਨੂੰ ਬਣਾਈ ਦੇ ਸਕਦਾ ਹੁਣ ਬੂਟਾ ਛੁਟਾ ਵੀ ਮੇਰੇ ਕੋਲ ਨਹੀਂ ਆਇਆ ਤਾਂ ਲੇਕਿਨ ਕੰਮ ਹੁਣ ਤੁਸੀਂ ਕਿ ਅਗਰ ਦੱਸਣਾ ਮੇਰੇ ਕੋਲ ਬਾਰਾਂ ਤੋਂ ਕਿਸ ਨੂੰ ਮਾਰਨਾ 7:47 ਹੋਣੇ ਪਏ ਸ਼ਾਮੀ ਦੇ ਤਾਂ ਲੇਟ ਵੀ ਹੋਈ ਆ ਮੂੰਹ ਜ਼ਿਆਦਾ ਤਾਂ ਮੈਂ ਹੁਣ ਆਖਣਾ ਪਿਆ ਵੀ ਅੱਜ ਜੀ ਫਿਰ ਹੁਣ ਅਗਰ ਬਣੀ ਸਕਦਾ ਤਾਂ ਅੱਜ ਹੀ ਬਣਾਇਆ ਸਟਾਰਟ ਕੰਮ ਕਰਾਇਆ ਵਾ ਲੇਕਿਨ ਹੁਣ ਮੂੰਹ ਜ਼ਿਆਦਾ ਲੇਟ ਹੋਈ ਇਸ ਵਜ੍ਹਾ ਤੋਂ ਹੁਣ ਹੋ ਹੀ ਨਹੀਂ ਸਕਣਾ ਆ ਤਾਂ ਤੀਸਰਾ ਹੁਣ ਕਰਨੇ ਆ ਕਿ ਤੁਸੀਂ ਸੁਪਾ ਚੱਕ ਕਰਾਉਣੇ ਆ ਥੋੜ੍ਹਾ ਜਿਹਾ ਬਣਨਾ ਪਿਆ ਆ ਸੋ ਇਹ ਹੁਣ ਕੱਲ੍ਹ ਲਈ ਡੇਟ ਹੀ ਅਸੀਂ ਅੱਜ ਤਾਂ ਜਾ ਹੀ ਨਹੀਂ ਸਕਣਾ ਆ ਇਹ ਦੱਸ ਚੱਕ ਕਰੀ ਜਾਓ ਜੀ ਸਾਰੇ ਸੂਫੇ ਨਾਲ ਜਿਹੜਾ ਕੰਮ ਆ ਨਾ ਉਹ ਸਟਾਰਟ ਹੋਇਆ ਵਾ ਇਹਦਾ 5-seater ਆ ਇਹ ਹੋਣਾ ਪਿਆ ਮੁੜੀ ਘਰ ਇਹ 2 seats ਇੱਕ ਇਹ ਸੀਟਾਂ ਰੈਡੀ ਹੋਣੀ ਪਈ ਹੈ ਤਾਂ ਇਹ ਵੀ ਰੈਡੀ ਹੋਣੀ ਪਈ ਹੈ ਹਾਂਜੀ ਜੀ ਇਹ ਵੀ ਹਾਂ ਇਹ ਵੀ ਜਿਹੜਾ ਕੰਮ ਆ ਇਹ ਸਾਰੀਆਂ ਸੀਟਾਂ ਦਾ ਕੰਮ ਇਹਦਾ ਸਟਾਰਟ ਹੋਇਆ ਵਾ ਅੱਜੇ ਇੱਧਰ ਵੀ ਇਹ ਵੀ ਹੋਣੇ ਦੇ ਕੰਮ ਇਹ ਚਾਦਰਾਂ ਜਿਹੜੀਆਂ ਇਹ ਬਣੀਆਂ ਵੀ ਆ ਹਾਂਜੀ ਜੀ ਬੜੀ ਮਿਹਰਬਾਨੀ ਸ਼ੁਕਰੀਆ ਜਿਹੜਾ ਤੁਸੀਂ ਫਟਾਫਟ ਸਾਰਾ ਕੰਮ ਕਰਵਾਈ ਰਿਹਾ ਤੁਸੀਂ ਦੱਸਾਂ ਕੁਛ ਨਾ ਵੀ ਸਾਰੀਆਂ ਰੈਡੀ ਹੋਣੀਆਂ ਵੀ ਆ ਇਹਨਾਂ ਚੋਂ 5 ਘੰਟਿਆਂ 'ਚ ਅੱਜ ਉਹਨਾਂ ਕੰਮ ਚੰਗਾ ਪੱਲਾ ਚੁਕਾਈ ਹੋ ਰਿਹਾ ਇਹ ਸਾਰੀਆਂ ਗੱਡੀਆਂ ਰੈਡੀ ਹੋਣੀਆਂ ਪਈਆਂ ਆ Much later. ਹਾਏ 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 ਕਾਰ ਆਈ ਗਈ ਆ ਲੇਕਿਨ ਬੜੇ ਔਖੇ ਪਹੁੰਚੇ ਆ ਮੋਟਰਸਾਈਕਲ ਪਰ ਬੂਟਾ ਆਉਂਦਾ ਪਰ ਔਖਾ ਆ ਦਾ ਚੱਕਰੀ ਜੋ ਜੀ ਬੂਟਾ ਆ ਗਿਆ ਜੀ ਕਾਰ ਪਰ ਹੁਣ ਕਾਰ ਭਰ ਰਹੇ ਆ ਤੇ ਤੱਕਣੇ ਆ ਫਿਰ ਅੱਗੇ ਕਿਆ ਹੋਣਾ ਆ ਬੂਟਾ ਪੈਣ ਬਰੋ ਇਹ ਚੱਕਰੀ ਜੋ ਜੀ ਮੈਂ ਕਮਰੇ ਦੇ ਅੰਦਰ ਰੱਖੀ ਹੋਇਆ ਔਰ ਅੱਬੂ ਕਾਰ ਕੋਣੀ ਹੈ ਅੱਬੂ ਕੀ ਮੈਂ ਕਾਲ ਕਰੀ ਦਾ ਬੁੜੇ ਸਦਿਆ ਮੈਂ ਕਾਰ ਚੁੱਕਾ ਮਾਈਕ ਜ਼ਰੂਰੀ ਬੜਾ ਸਖਤ ਤੇ ਕਿਉਂਕਿ ਗਰਾਂ ਜੇ ਸੇ ਬੂ ਤੇ ਅੱਬੂ ਫਟਾਫਟ ਚਨੇ ਪੇ ਤੇ ਅੱਬੂ ਅਚਨ ਤੇ ਅੱਬੂ ਕੀ ਫਿਰ ਦੇ ਰਹੇ ਆ ਸਰਪ੍ਰਾਈਜ਼ ਆ ਸਾਂ ਬੂਟਾ ਰੱਖੀ ਹੋਇਆ ਮੇਰੀ ਚੱਲੀ ਬਈ ਦਾ ਫੋਨ ਹੈ ਕਿ ਚਾਰ ਥੋੜਾ ਲਾਈ ਕਿਨੇ ਆ ਤੇ ਨਾਲ ਰੈਸਟ ਕਰਨਾ ਇਹਦਾ ਇਹ ਚੱਲੀ ਫਿਰ ਅੱਬੂ ਚਨੇ ਤੇ ਫਿਰ ਅੱਬੂ ਕੀ ਦੇ ਰਹੇ ਜੀ ਸਰਪ੍ਰਾਈਜ਼ ਆ ਸਾਂ ਬੂਟਾ ਆ ਸਾਂ ਰੱਖੀ ਹੋਇਆ ਅਸਲਾਮ ਅਲੈਕਮ ਵਾਲੇਕਮ ਸਲਾਮ ਠੀਕ ਹੋ ਸਭ ਅੱਲਾ ਸ਼ੁਕਰ ਹੈ ਕੁਦਰ ਗਿਆ ਸੀ ਬਸ ਕੋਈ ਅੱਲੇ ਮੱਲੇ ਚ ਆ ਹਾਂ ਜ਼ਰਾ ਥੋੜਾ ਜਿਹਾ ਆਪਣੀ ਸਾਈਡ ਇੱਧਰ ਨਜ਼ਰ ਮਾਰੋ ਜਲਦੀ ਬੜਾ ਵੀ ਜਲਦੀ ਰਿਕਮੈਂਡ ਕੀਤਾ ਕਿ ਤੁਸੀਂ ਸਰੀ ਕਿਨ ਹੋਇਆ ਤੇ ਇਸ ਵਜ੍ਹਾ ਫਿਰ ਇਹ ਚਾਹੀਦਾ ਆ ਸਹੀ ਹੈ ਨਾ ਜ਼ਬਰਦਸਤ ਸ਼ਾਮ ਆਸੇ ਚਾਹੀਦੀ ਸ਼ਾਮ ਹਾਂ ਸ਼ਾਮ ਹੋ ਜਾ ਸੀ ਇਹ ਹੋਰ ਅਸਾਂ ਕਹਿ ਕਰਾਂ ਬਸ ਨੂੰ ਤੇ ਸ਼ਾਮ ਹੋ ਜਾ ਤਾਂ ਠੀਕ ਹੈ ਬਸ ਬਸ ਗੁੱਡਾ ਗੁੱਡਾ ਹੁਣ ਇਹ ਕਿ ਹੁਣ ਹਾਲੀ ਲਾਣਾ ਆ ਫਰਸ਼ ਨੂੰ ਨਵਾਂ ਜਿਸ ਤਰ੍ਹਾਂ ਪੇਸੀ ਨਾ ਦਾ ਉਸਨੇ ਸਬਾਦ ਜਾਂ ਉੱਥੇ ਉਸਾ ਜਾਇਆ ਪੜੀ ਇਹ ਬਹਿਣ ਆਈ ਐਸਾ ਬੂਟੇ ਵਾਸਤੇ ਮੈਂ ਸਪੈਸ਼ਲ ਨੂੰ ਤੁਸਾਂ ਕਿ ਸੱਦੇ ਆਇਆ ਕਿਉਂਕਿ ਟਾਈਮ ਬਹੁਤ ਲੇਟ ਹੋ ਗਿਆ ਸੀ ਵੀਡੀਓ ਫਿਰ ਅਪਲੋਡ ਵੀ ਹੋਣੇ ਕਰਨੀ ਸੀ ਤਾਂ ਮੈਂ ਲੇਟ ਹੋ ਗਿਆ ਸੀ ਜੇ ਲੇਟ ਆਇਆ ਤਾਂ ਫਿਰ ਸੁਝ ਜਾਣਾ ਸੀ ਮੈਂ ਮੋਬਾਈਲ ਦੇਰ ਹੋ ਗਈ ਸੀ ਤਾਂ ਘੰਟਾ ਪੂਣਾ ਹੋ ਗਿਆ ਸੀ ਤਾਂ ਬੈਠੇ ਹਾਂ ਹਾਂ ਤੇ ਫਿਰ ਚਲੋ ਫਿਰ ਹੁਣ ਖੁਸ਼ ਹਾਂ ਨਾਲ ਖੁਸ਼ ਬਸ ਫਿਰ ਠੀਕ ਹੈ ਜੀ ਭਗਵਾਨ ਬ੍ਰੋ ਵੀਡੀਓ ਇੱਥੇ ਹੀ ਐਡ ਕਰ ਸਾਂ ਜਿਹੜਾ ਬੂਟੇ ਦੀ ਫਰਜ਼ ਹੈ ਨਾ ਇਹ ਮੈਂ ਅਦਾ ਕਰੀ ਹੋਇਆ ਬੂਟਾ ਆ ਗਿਆ ਜੀ ਘਰ ਦਾ ਹੁਣ ਲਾਸਾ ਆ ਲਾਣੇ ਤੋਂ ਬਾਅਦ ਉਸਨੇ ਬਾਅਦ ਇਨਸ਼ਾਅੱਲਾ ਜਿਹੜਾ ਥੋੜ੍ਹਾ ਬੜਾ ਸੀ ਨਾ ਉਸ ਤੋਂ ਬਾਅਦ ਤੁਸੀਂ ਚੈੱਕ ਕਰਾ ਸਾਂ ਔਰ ਉਮੀਦ ਕਰ ਸਾਂ ਵੀਡੀਓ ਤੁਸੀਂ ਪਸੰਦ ਆਈ ਸੀ ਪਸੰਦ ਆਵੇ ਲਾਈਕ ਚੈਨਲ ਲਾਜ਼ਮੀ ਕਰ ਸੋ ਕੱਲ੍ਹ ਤੁਸੀਂ ਮਿਲਦੇ ਹਾਂ ਨਵੀਂ ਵੀਡੀਓ ਨਾਲ ਦੇ ਇਜਾਜ਼ਤ ਅੱਲਾ ਸੁਣਨੇ ਵਾਲਾ ਹੈ